ਸਾਨੂੰ ਸਮਝ ਨਹੀਂ ਆ ਰਿਹਾ ਅਸੀਂ ਕਰਦੇ ਕੀ ਪਏ ਹਾਂ। ਵੇਖੋ ਰੌਲਾ ਅਸੀਂ ਸਾਰੇ ਪਾਉਂਦੇ ਹਾਂ, ਵੈਸੇ ਰੌਲਾ ਅਸੀਂ ਸਾਰੇ ਪਾਉਂਦੇ ਹਾਂ, ਮੈਨੂੰ ਮਾਫ਼ ਕਰਿਓ ਮੈਂ ਲਫ਼ਜ਼ ਰੌਲਾ ਵਰਤ ਰਿਹਾ। ਉੱਚੀ ਉੱਚੀ ਅਸੀਂ ਕਹਿੰਦੇ ਹਾਂ ਨਾ, ਵੇਖੋ ਜੀ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਆਖਿਆ ਇਹ ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ, ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਖਿਆ। ਬਾਕੀਆਂ ਨੇ ਤਾਂ ਜੀ ਬੜੀ ਨਿੰਦਾ ਕੀਤੀ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕੀਤੀ ਹੈ। ਜੇ ਤੁਲਸੀਦਾਸ ਨੂੰ ਪੜ੍ਹੀਏ, ਤੁਲਸੀਦਾਸ ਕਹਿੰਦਾ ਹੈ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਉਹ ਕਹਿੰਦਾ ਜਿਵੇਂ ਢੋਲ ਵਜਾਇਆ ਜਾਂਦਾ ਨਾ ਇਸਤਰੀ ਨੂੰ ਵੀ ਇੱਦਾਂ ਹੀ ਵਜਾਉਣਾ ਚਾਹੀਦਾ, ਜਿਵੇਂ ਡੰਡੇ ਦੇ ਨਾਲ ਪਸ਼ੂ ਨੂੰ ਸਿੱਧਾ ਰੱਖਿਆ ਜਾਂਦਾ, ਉਹਨੂੰ ਆਪਣੇ ਵੱਸ ਵਿੱਚ ਕਰਕੇ ਰੱਖਿਆ ਜਾਂਦਾ, ਇਸਤਰੀ ਨੂੰ ਵੀ ਇਵੇਂ ਰੱਖਣਾ ਚਾਹੀਦਾ। ਬਿਲਕੁਲ ਤੁਲਸੀਦਾਸ ਨੇ ਲਿਖੀ ਹੈ ਜੀ ਗੱਲ। ਦੂਜੇ ਮਤਾਂ ਦੇ ਵਿੱਚ ਵੇਖ ਲਈਏ, ਜੋਗ ਮਤ ਵਾਲਿਆਂ ਨੇ ਇਸਤਰੀ ਨੂੰ ਬਘਿਆੜਨ ਆਖਿਆ ਹੈ, ਹੋਰ ਮਤਾਂ ਨੂੰ ਪੜ੍ਹ ਲਈਏ, ਇਹ ਗੱਲ ਸੱਚੀ ਹੈ ਵੀ ਗੁਰੂ ਪਾਤਸ਼ਾਹ ਨੇ ਇਹ ਗੱਲ ਆਖੀ। ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ, ਕਿ ਉਸ ਇਸਤਰੀ ਨੂੰ ਮੰਦਾ ਕਿਉਂ ਆਖਦੇ ਹੋ ਜਿੰਨੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਪੀਰ ਪੈਗੰਬਰਾਂ ਨੂੰ ਜਨਮ ਦਿੱਤਾ, ਇੱਥੇ ਤੱਕ ਤਾਂ ਗੁਰੂ ਪਾਤਸ਼ਾਹ ਨੇ ਆਖਿਆ ਬਾਣੀ ਵਿੱਚ। ਪੰਕਤੀ ਪੜ੍ਹਦੇ ਆ ਨਾ, ਪਾਤਸ਼ਾਹ ਕਹਿੰਦੇ ਇਸ ਸੰਸਾਰ ਦੇ ਵਿੱਚ ਨਾ ਖਸਮ ਇੱਕੋ ਹੀ ਹੈ, ਇਸ ਜੱਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਵਾਈ। ਇਸ ਜਗਤ ਵਿੱਚ ਪੁਰਖ ਇੱਕੋ ਹੀ ਹੈ, ਬਾਕੀ ਸਾਰੀਆਂ ਇਸਤਰੀਆਂ ਹੀ ਨੇ। ਇੱਥੋਂ ਤੱਕ ਗੁਰੂ ਪਾਤਸ਼ਾਹ ਨੇ ਆਪਣੇ ਆਪ ਨੂੰ ਵੀ ਇਸਤਰੀ ਕਹਿ ਦਿੱਤਾ, ਉੱਥੇ ਕਿੱਡਾ ਵੱਡਾ ਸਤਿਕਾਰ ਹੈ ਇਸਤਰੀ ਵਾਸਤੇ। ਹੁਣ ਸ਼ਬਦ ਅਸੀਂ ਪੜ੍ਹਿਆ ਸਾਰਿਆਂ ਨੇ, ਭੰਡ ਜੰਮੀ ਹੈ ਭੰਡ ਨਿੰਮੀ ਹੈ ਭੰਡ ਮੰਗਣ ਵਿਆਹ, ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ, ਪੜ੍ਹਿਆ ਅਸੀਂ। ਪਰ ਮੈਂ ਇੱਕ ਗੱਲ ਇਹ ਵੇਖਦਾ ਹੁੰਦਾ ਵੀ ਜਦੋਂ ਸਾਡੇ ਪਰਿਵਾਰਾਂ ਦੇ ਵਿੱਚ ਕੋਈ ਖੁਸ਼ੀ ਦਾ ਕੋਈ ਫੰਕਸ਼ਨ ਹੋਵੇ, ਕਿਸੇ ਦਾ ਵਿਆਹ ਹੋਵੇ ਜਾਂ ਕਿਸੇ ਦਾ ਕੋਈ ਜਨਮ ਦਿਨ ਹੋਵੇ, ਅਤੇ ਉੱਥੇ ਅਸੀਂ ਉਹਨਾਂ ਗਾਣੇ ਗਾਉਣ ਵਾਲਿਆਂ ਸਿੰਗਰਾਂ ਨੂੰ ਬੁਲਾ ਕੇ ਲੈ ਕੇ ਆਉਂਦੇ ਹਾਂ ਜਿਹੜੇ ਅੱਜ ਇਸਤਰੀ ਦੇ ਬਾਰੇ ਵਿੱਚ ਹੀ ਇੰਨਾ ਗੰਦ ਜਿਹੜਾ ਹੈ ਉਹ ਬੋਲਦੇ ਪਏ ਨੇ, ਗੰਦੇ ਗਾਣੇ ਗਾ ਰਹੇ ਨੇ, ਅਸ਼ਲੀਲਤਾ ਨਾਲ ਭਰੇ ਹੋਏ ਗਾਣੇ ਗਾ ਰਹੇ ਨੇ, ਕਿ ਇਹ ਲੋਕ ਤੁਲਸੀਦਾਸ ਨਾਲੋਂ ਘੱਟ ਨੇ? ਜੇ ਤੁਲਸੀਦਾਸ ਨੇ ਆਖਿਆ ਸੀ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ, ਅਤੇ ਜਿਹੜਾ ਸਿੰਗਰ ਅੱਜ ਕਹਿੰਦਾ ਲੱਖ 28 ਕੁੜੀ ਦਾ 47 ਵੇਟ, ਅਤੇ ਉਹ ਕੀ ਉਹ ਘੱਟ ਹੈ? ਗੱਲ ਤਾਂ ਇੱਕੋ ਹੀ ਹੈ ਨਾ, ਜਿਹੜਾ ਕਵੇ ਉਹ ਵੇਖੋ ਸੜਕਾਂ 'ਤੇ ਅੱਗ ਤੁਰੀ ਜਾਂਦੀ ਹੈ, ਫਿਰ ਤੁਲਸੀਦਾਸ ਨੂੰ ਕਿਵੇਂ ਮਾੜਾ ਆਖ ਸਕਦੇ ਹਾਂ? ਤੂੰ ਵੀ ਤਾਂ ਉਹੀ ਗੱਲ ਕਰਦਾ ਪਿਆ। ਪਰ ਆਮ ਹੀ ਹੈ ਸਾਡੇ ਪਰਿਵਾਰਾਂ ਵਿੱਚ ਸੱਦਿਆ ਜਾਂਦਾ, ਬੁਲਾਇਆ ਜਾਂਦਾ, ਸੁਣੇ ਜਾਂਦੇ ਨੇ ਗਾਣੇ। ਕਿਉਂ? ਕਿਉਂਕਿ ਅਸੀਂ ਸੱਚ ਦੇ ਸਿਧਾਂਤ ਨੂੰ ਅਜੇ ਤੱਕ ਸਮਝ ਨਹੀਂ ਸਕੇ। ਅਸੀਂ ਉਹਨਾਂ ਨੂੰ ਜ਼ਰੂਰ ਕਹਿੰਦੇ ਹਾਂ ਵੀ ਉਹਨਾਂ ਨੇ ਗਲਤ ਕੀਤਾ, ਅਤੇ ਗੁਰੂ ਪਾਤਸ਼ਾਹ ਨੇ ਜੇ ਆਖਿਆ ਸੋ ਕਿਉਂ ਮੰਦਾ ਆਖੀ ਹੈ, ਅਤੇ ਅੱਜ ਵੀ ਤਾਂ ਉਹੀ ਹੋ ਰਿਹਾ ਨਾ। ਅੱਜ ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਵੀ ਸਿੱਖ ਹਾਂ, ਸਿਰ ਉੱਤੇ ਦਸਤਾਰ ਵੀ ਬੰਨੀ ਹੈ, ਪਰ ਥੱਲੇ ਕੇਸ ਕੋਈ ਨਹੀਂ ਹੈਗੇ, ਉਹ ਗਾਣੇ ਗਾ ਰਿਹਾ ਇੱਦਾਂ ਦੇ, ਅਤੇ ਸਾਡੇ ਲੋਕ ਉਹਨੂੰ ਪ੍ਰਮੋਟ ਕਰਦੇ ਪਏ ਨੇ, ਉਹਨਾਂ ਲੋਕਾਂ ਨੂੰ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਨਾ। ਇਨਸਾਨੀਅਤ ਖਤਮ ਹੋ ਗਈ ਬੰਦੇ ਅੰਦਰੋਂ, ਇਨਸਾਨੀਅਤ ਖਤਮ ਹੋ ਗਈ ਬੰਦੇ ਅੰਦਰੋਂ, ਬੰਦਾ ਸੋਚਦਾ ਹੀ ਨਹੀਂ ਵੀ ਮੈਂ ਕਰੀ ਕੀ ਜਾਣਾ, ਕਰੀ ਕੀ ਜਾਣਾ।